ਸੈਂਡ। ਹਲਕਾ ਗਿੱਲ ਤੋਂ ਆਪ ਦੇ MLA ਸਰਦਾਰ ਜੀਵਨ ਸਿੰਘ ਸੰਗੋਵਾਲ ਨੇ ਗਿੱਲ ਹਲਕੇ ਦੇ ਪਿੰਡਾਂ ਵਿੱਚ ਧੰਨਵਾਦੀ ਦੌਰੇ ਵਿੱਚ ਅੱਜ ਪਿੰਡ ਦੋਲੋ ਕਲਾਂ ਵਿੱਚ ਪਹੁੰਚਣ ਤੇ ਬਲਜੀਤ ਸਿੰਘ ਆਪ ਆਗੂ ਅਤੇ ਸਮੂਹ ਨਗਰ ਵੱਲੋਂ ਭਰਮਾ ਸਵਾਗਤ ਕੀਤਾ ਗਿਆ। ਇਸ ਮੌਕੇ ਤੇ MLA ਜੀਵਨ ਸਿੰਘ ਨੇ ਲੋਕਾਂ ਦਾ ਧੰਨਵਾਦ ਕੀਤਾ ਤੇ ਲੋਕਾਂ ਦੀ ਸਮੱਸਿਆਵਾਂ ਸੁਣੀਆਂ। वाहेगुरु जी का खालसा, वाहेगुरु जी की फतेह। जिन्हें भी समूह नगर निवासी पिंड दोनों कलां के पटवारी सज्जन मेरिया बीबिया भैन माताव पहुंचे, उन्होंने बेनती है कि अपने नगर ने इस बूटा विच वध चढ़ के हिस्सा पाया। बड़े जगत ने खेल कमाल करते, कितने कंगलों के सीर ते तार रखे, कई गद्दियों का भुख कंगाल करते, दाता जिस तो बदलते नगर तेरी हो लखा के लाल करते। धन्यवाद करने वास्ते अपने दरबार पहुंचे ਮੈਂ ਕਰਨੀ ਸਿੰਘ ਖੇਲਾ ਜਸ਼ਨ ਪੰਜਾਬ ਦੇਖਣ ਵਾਲੇ ਟੀਵੀ ਦੇਖਣ ਵਾਲਿਆਂ ਦਾ ਬਹੁਤ ਤਹਿ ਦਿਲੋਂ ਧੰਨਵਾਦ ਕਰਦਾ। ਅੱਜ ਅਸੀਂ ਤੁਹਾਨੂੰ ਇਹੋ ਜਿਹੇ ਇਤਿਹਾਸਕ ਪਿੰਡ ਦੋਲੋਂ ਦੇ ਵਿੱਚ, ਦੋਲੋਂ ਕਲਾਂ ਦੇ ਵਿੱਚ ਲੈ ਕੇ ਜਾ ਰਹੇ ਹਾਂ, ਜਿੱਥੇ ਸ੍ਰੀ ਗੁਰੂ ਹਰ ਕਬੀਰ ਸਿੰਘ ਜੀ ਆਪ ਗੁਰੂ ਸਾਹਿਬ ਆਪ ਆਏ ਨੇ, ਪੌਣ ਸਾਹਿਬ ਗੁਰਦੁਆਰਾ ਸਾਹਿਬ ਵੀ ਇੱਥੇ ਸੁਭਤ ਹੈ। ਇਸੀ ਪਿੰਡ ਦੇ ਵਿੱਚ ਇਤਿਹਾਸੀ ਪਿੰਡ ਆ ਜੀ, ਇਹ ਇੱਥੇ ਇਤਿਹਾਸਕ ਪਿੰਡ ਆ ਜੀ, ਇਹ ਹਾਂਜੀ ਇਤਿਹਾਸਕ ਪਿੰਡ ਆ। ਹਾਂਜੀ ਅੱਜ ਤੁਹਾਨੂੰ ਮਿਲਾ ਰਹੇ ਹਾਂ ਜੀ, ਸੰਗੋਵਾਲ ਸਾਹਿਬ ਨਾਲ ਗੱਲਬਾਤ ਕਰਾ ਰਹੇ ਹਾਂ ਜੀ। ਇਸ ਪਿੰਡ ਦੇ ਵਿੱਚ ਅੱਜ ਦੌਰਾ ਕਰਨ ਲਈ ਆਏ ਨੇ, ਹਾਂਜੀ ਸਰ ਕੀ ਕਹਿਣਾ ਚਾਹੁੰਦੇ? ਖੇਲਾ ਸਾਹਿਬ ਤੁਹਾਡਾ ਧੰਨਵਾਦ, ਤੁਸੀਂ ਇੱਥੇ ਆਏ ਹੋ, ਲੋਕਾਂ ਨੂੰ ਖੁਸ਼ੀ ਬਹੁਤ ਜ਼ਿਆਦਾ। ਦੋਲੋ ਕਲਾਂ ਦੇ ਵਿੱਚ ਅੱਜ ਖੜ੍ਹੇ ਹਾਂ, ਸਵੇਰੇ ਅਸੀਂ ਧੰਨਵਾਦ ਦਾ ਦੌਰਾ ਸ਼ੁਰੂ ਕਰਿਆ ਸੀਗਾ, ਅੱਜ ਦੂਜਾ ਦਿਨ ਆ ਸਾਡਾ, ਅਤੇ 15-20 ਪਿੰਡ ਅਸੀਂ 25 ਪਿੰਡ ਰੋਜ਼ ਕੱਢਦੇ ਹਾਂ। ਲੋਕਾਂ ਦਾ ਪਿਆਰ ਇੰਨਾ, ਲੋਕਾਂ ਨੇ ਆਪਣੇ ਜਿਹੜਾ ਮਤਦਾਨ ਕੀਤੀ ਆ ਬੜੀ ਸੂਝਵਾਨ ਹੋ ਕੇ ਕਰੀ ਆ। ਲੋਕਾਂ ਦਾ ਜਿਹੜਾ ਕੇਜਰੀਵਾਲ ਸਾਹਿਬ ਨੇ ਗਰੰਟੀਆਂ ਦਿੱਤੀਆਂ ਨੇ ਉਹ ਵੀ ਪੂਰੀਆਂ ਕਰਨੀਆਂ ਨੇ। ਲੋਕਾਂ ਦੇ ਮਨਾਂ ਦੇ ਵਿੱਚ ਪੂਰਾ ਚਾਅ ਵਿਆਹ ਵਾਂਗੂ ਵੀ ਜਿਹੜੀ ਆਮ ਆਦਮੀ ਪਾਰਟੀ ਆ ਇਹ ਜਿਹੜੇ ਕੀਤੇ ਵਾਅਦੇ ਪੂਰੇ ਕਰੂਗੀ, ਦੂਜੀਆਂ ਪਾਰਟੀਆਂ ਗੁਣੀ ਹੈਗੀਆਂ। ਹਾਂਜੀ ਇੱਕ ਵਾਰੀ ਬਣ ਗਏ MLA ਆਰਾਮ ਨਾਲ ਘਰੇ ਬਹਿ ਜਾਓ, ਇਹ ਆਮ ਆਦਮੀ ਪਾਰਟੀ 24 ਘੰਟਿਆਂ 'ਚੋਂ 20 ਘੰਟੇ ਕੰਮ ਕਰਨ ਵਾਲੀ ਪਾਰਟੀ। ਹਾਂਜੀ ਸਰ, ਅਕਸਰ ਆਪਾਂ ਜਿੰਨੀ ਵਾਰੀ ਵੀ ਇੰਟਰਵਿਊ ਕਰਦੇ ਹਾਂ ਜਾਂ ਜੋ ਵੀ ਪਿੰਡਾਂ ਦੇ ਵਿੱਚ ਨਗਰਾਂ ਦੇ ਵਿੱਚ ਜਾਂਦੇ ਹਾਂ, ਹਰ ਪਿੰਡ ਦੇ ਵਿੱਚ ਇਹੀ ਕਹਿਣ ਦੇ ਵਿੱਚ ਆਉਂਦਾ ਜੋ ਦੀਵੇ ਬੁੱਝ ਗਏ ਨੇ, ਮਾਵਾਂ ਦੇ ਪੁੱਤ ਮਰ ਗਏ ਨੇ, ਭੈਣਾਂ ਦੇ ਵੀਰ ਮਰ ਗਏ ਨੇ, ਉਹ ਚੀਜ਼ ਨੂੰ ਹਰ ਪਿੰਡ ਦੇ ਵਿੱਚੋਂ ਇਹੀ ਆਵਾਜ਼ ਉੱਠਦੀ ਆ ਵੀ ਇਹ ਕਦ ਤੱਕ ਤੁਸੀਂ ਨਸ਼ਾ ਮੁਕਤ ਕਰੋਗੇ? ਦੇਖੋ ਜੀ, ਜਿੰਨੀ ਦੇਰ ਤੱਕ ਆਪਣੇ ਸਾਰੇ ਸਹਿਯੋਗ ਦੀ ਲੋੜ ਆ, ਪਿੰਡ ਵਾਲਿਆਂ ਦੀ ਲੋੜ ਆ। ਮੈਂ ਪਿਛਲੇ ਪਿੰਡ 'ਚ ਵੀ ਬਹੁਤ ਜ਼ਿਆਦਾ ਕਹਿੰਦੇ ਚਿੱਟਾ ਵਿਕਦਾ, ਮੈਂ ਕਿਹਾ ਹੁਣ ਆਪਾਂ ਨੂੰ ਡਰ ਕਾਹਦਾ, ਤੁਸੀਂ ਸਾਨੂੰ ਅੱਗੇ ਹੁੰਦਾ ਸੀਗਾ ਪਿਛਲੀਆਂ ਸਰਕਾਰਾਂ 'ਚ, ਇਹ ਵਿਚਾਰੇ ਫੜਾ ਦਿੰਦੇ ਸੀ ਜਦੋਂ ਹੀ ਮਗਰੇ ਫੋਨ ਆ ਜਾਂਦਾ ਸੀਗਾ ਜੀ ਇਹ ਤਾਂ ਬੰਦਾ ਹੈ ਹੀ ਨਹੀਂ, ਇਹਨੂੰ ਛੱਡ ਦਿਓ। ਹੁਣ ਤੁਹਾਡੇ ਮੈਂ ਇਹਨਾਂ ਦੀ ਸਹਿਯੋਗ ਦੀ ਮੰਗ ਕਰਦਾ ਬਈ ਤੁਸੀਂ ਬੰਦਾ ਸਾਨੂੰ ਦੱਸਣਾ ਸਮੇਤ ਨਸ਼ੇ ਨਾਲ ਉਹਦੀ ਜਿਹੜੀ ਜਗ੍ਹਾ ਜੇਲ੍ਹ ਉੱਥੇ ਪਹੁੰਚੂਗਾ। ਅੱਛਾ ਸਰ, ਇੱਕ ਹੋਰ ਦੱਸਿਓ, ਇਹ ਸਾਡੀ ਵੀ ਇਸ ਪਿੰਡ ਦੇ ਵਿੱਚ ਬਹੁਤ ਪੁਰਾਣਾ ਸੰਬੰਧ ਨੇ ਇਸ ਪਿੰਡ ਦੇ ਵਿੱਚ, ਜਿੰਨੀ ਤੁਹਾਨੂੰ ਇੱਥੋਂ ਵੋਟ ਪੋਲਿੰਗ ਹੋਈ ਹੈ ਉਸ ਹਿਸਾਬ ਨਾਲ ਲੋਕ ਨਹੀਂ ਪਹੁੰਚੇ। ਕਾਰਨ ਇਹ ਆ, ਦੇਖੋ ਜੀ ਅਜੇ ਵੀ ਦੇਖੋ ਵੋਟ ਬਹੁਤ ਜ਼ਿਆਦਾ ਤੁਹਾਨੂੰ ਪੋਲਿੰਗ ਹੋਈ ਆ, ਇਹ ਵਧਾਈ ਦੇ ਪਾਤਰ ਹੋ ਤੁਸੀਂ ਇਹ ਪਿੰਡ ਦੇ ਵਿੱਚੋਂ, ਪਰ ਲੋਕਾਂ ਦੇ ਹਜੇ ਵੀ ਮਨ ਦੇ ਵਿੱਚ ਖੌਫ ਆ, ਡਰ ਆ ਵੀ ਜੋ ਪਹਿਲਾਂ ਸਰਕਾਰਾਂ ਸੀਗੀਆਂ ਅਕਾਲੀ ਤੇ ਕਾਂਗਰਸ ਸਰਕਾਰਾਂ ਸੀਗੀਆਂ, ਹਜੇ ਵੀ ਲੋਕਾਂ ਦੇ ਮਨ ਦੇ ਵਿੱਚ ਡਰ ਬੈਠਾ ਹੋਇਆ, ਇਹਦੇ ਬਾਰੇ ਕੀ ਕਹਿਣਾ? ਮੈਨੂੰ ਇਹ ਨਹੀਂ ਪਤਾ ਲੱਗਦਾ ਵੀ ਹੁਣ ਤੁਸੀਂ ਇਹ ਸਵਾਲ ਕਿਵੇਂ ਪੁੱਛ ਰਹੇ ਹੋ। ਮੈਂ ਤਾਂ ਹੁਣ ਇਹੀ ਸਵਾਲ ਪੁੱਛਦਾ, ਦੇਖੋ ਜੀ ਡਰਦੇ ਨੇ ਲੋਕ, ਹੁਣ ਡਰਦੇ ਨਹੀਂ ਹੈਗੇ ਲੋਕ।